पिछले हफ्ते ऐसी एक नवी सीरीज शुरू की थी जिस विच कि डॉक्टर बाबरा राणा जिहड़े कि एक नामवर साइकैट्रिस्ट ने ते मूड डिसऑर्डर एसोसीएशन ऑफ ब्रिटिश कोलंबिया के सहयोग नाल तुहाडे तक ये सारी इनफॉर्मेशन लैके हाजिर हो रहे हैं। पिछली बार असी डिप्रेशन के मुद्दे को टच किया सी जिस विच कि सिम्पटम्स ने यह डिप्रेशन की बीमारी है उस बारे असी गलबात की सी और उसी मुख रख के अगे अज गलबात करते हैं इसके की कारण होंगे ने अते नाल ही किहड़ियां अज ट्रीटमेंट्स अवेलेबल हैगियां ने जिन्हां दा फायदा लैके कोई व्यक्ति इसका बेनीफिट लै सकता है और गलबात करते हैं डॉक्टर बाबरा राणा नाल। वेलकम टू द प्रोग्राम जी। थैंक यू जी। सो लास्ट टाइम डॉक्टर साहब जैसे आपने बात की थी कि विमेन में आपने कारण बताए थे कि किस करके ये जड़े हैगे ने ज़्यादा इंसीडेंसिस औरतों में पाए जाते हैं तो अच्छा सानू थोड़ा दसो कि लेडीज़ विच मात्रा लेकिन आज तो असं यंगस्टर्स विच भी वेख रहे हैं एज की वो कोई रह नहीं गई अहमियत हर एक व्यक्ति जिहड़ा काइंड ऑफ डिप्रेशन में जा रहा है सो इहदा विद योर परसनल एक्सपीरियंस एज अ साइकैट्रिस्ट होर की कारण की हो सकते हैं व्हाट आर द कॉजेस। ਤੁਸੀਂ ਐਕਚੁਅਲੀ ਬੜਾ ਚੰਗਾ ਸਵਾਲ ਪੁੱਛਿਆ ਮੇਰੇ ਕੋਲੋਂ ਕਿਉਂਕਿ ਅਗਰ ਤੁਸੀਂ ਡਿਪਰੈਸ਼ਨ ਨੂੰ ਦੇਖੋ ਨਾ ਤਾਂ ਮੁਖਤਲਿਫ ਜਿਹੜੀ ਏਜ ਏਜਿਸ ਏਜ ਹੈ ਉਹਦੀ ਸਟੇਜਿਸ ਨੇ ਨਾ ਅਤੇ ਉਹਦੇ ਵਿੱਚ ਮੁਖਤਲਿਫ ਤਰੀਕੇ ਤੋਂ ਐਕਚੁਅਲੀ ਰਿਪ੍ਰਜੈਂਟ ਕਰਦਾ ਹੈ। ਤੁਸੀਂ ਬੱਚਿਆਂ ਵਿੱਚ ਗੱਲ ਕਰ ਰਹੇ ਹੋ ਬੱਚਿਆਂ ਵਿੱਚ ਜੋ ਹੈ ਨਾ ਬੜੀ ਯੰਗ ਏਜ 'ਤੇ ਚਿਲਡਰਨ ਜਿਹੜੇ ਹੁੰਦੇ ਨੇ ਉਹਨਾਂ ਨੂੰ ਵੀ ਡਿਪਰੈਸ਼ਨ ਜੋ ਹੈ ਨਾ ਹੋ ਸਕਦਾ ਹੈ ਅਤੇ ਬਾਜ਼ੂਕਤ ਜੋ ਹੈ ਉਹ ਪਤਾ ਹੀ ਨਹੀਂ ਚੱਲਦਾ ਕਿ ਬੱਚੇ ਨੂੰ ਜੋ ਹੈ ਡਿਪਰੈਸ਼ਨ ਹੋ ਰਿਹਾ ਹੈ ਅਤੇ ਬਸ ਬੇਸਿਕਲੀ ਜਦੋਂ ਬੱਚਿਆਂ ਨੂੰ ਡਿਪਰੈਸ਼ਨ ਹੁੰਦਾ ਹੈ ਸਕੂਲ ਨਹੀਂ ਜਾਣਾ ਚਾਹੁੰਦੇ ਕਹਿਣਗੇ ਕਿ ਮੈਂ ਬਿਮਾਰ ਹੈ ਰਾਈਟ ਮੇਰੇ ਪੇਟ ਵਿੱਚ ਦਰਦ ਹੋ ਰਹੀ ਹੈ ਇਸ ਤਰ੍ਹਾਂ ਜੋ ਹੈ ਪ੍ਰੈਜੈਂਟ ਕਰਨਗੇ ਜਾਂ ਫਿਰ ਇਹ ਹੋਏਗਾ ਕਿ ਉਹਨਾਂ ਨੂੰ ਡਰ ਹੋਏਗਾ ਮੇਰੇ ਪੇਰੈਂਟਸ ਨੂੰ ਕੁਛ ਹੋ ਜਾਏ ਨਾ ਹੋ ਜਾਏ ਪੇਰੈਂਟਸ ਤੋਂ ਅਲੈਦਾ ਨਹੀਂ ਹੋਣਾ ਚਾਹੁੰਦੇ ਇਸ ਤਰ੍ਹਾਂ ਦੇ ਆਮ ਤੌਰ 'ਤੇ ਸਿਮਟਮਸ ਹੁੰਦੇ ਨੇ ਅਤੇ ਅਗਰ ਕਿਸੇ ਬੱਚੇ ਨੂੰ ਇਸ ਤਰ੍ਹਾਂ ਦੇ ਪ੍ਰੋਬਲਮ ਹੋ ਰਹੇ ਨੇ ਤਾਂ ਬੜਾ ਇੰਪੋਰਟੈਂਟ ਹੈ ਕਿ ਉਹਨੂੰ ਕਿਸੇ ਸਾਈਕਾਇਟ੍ਰਿਸਟ ਵਗੈਰਾ ਨੂੰ ਦਿਖਾ ਲਿਆ ਜਾਏ ਜਾਂ ਆਪਣੇ ਫੈਮਿਲੀ ਫਿਜ਼ੀਸ਼ੀਅਨ ਕੋਲ ਲੈ ਜਾਣ ਪੇਰੈਂਟਸ ਨੇ ਜਦੋਂ ਐਡੋਲੈਸੈਂਟ ਏਜ ਸ਼ੁਰੂ ਹੁੰਦੀ ਹੈ ਯਾਨੀ ਟੀਨੇਜ ਈਅਰਸ ਜਿਹੜੇ ਨੇ ਉਹਨਾਂ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਆਲਰੇਡੀ ਬੱਚੇ ਜਿਹੜੇ ਹੁੰਦੇ ਨੇ ਉਹ ਇਹ ਡਿਵੈਲਪਮੈਂਟਲ ਫੇਜ਼ ਤੋਂ ਗੁਜ਼ਰ ਰਹੇ ਹੁੰਦੇ ਨੇ ਜਿਹਦੇ ਵਿੱਚ ਆਪਣੇ ਪੇਰੈਂਟਸ ਤੋਂ ਸੈਪਰੇਟ ਹੋ ਰਹੇ ਨੇ ਜ਼ਿਆਦਾ ਇੰਡੀਪੈਂਡੈਂਟ ਹੋ ਰਹੇ ਨੇ ਇਸ ਦੇ ਇਲਾਵਾ ਜੈਂਡਰ ਆਈਡੈਂਟੀ ਕਿ ਦੇ ਇਸ਼ੂਜ਼ ਜੋ ਨੇ ਉਹ ਹੁੰਦੇ ਨੇ ਸੈਕਸ਼ੁਐਲਿਟੀ ਦੇ ਇਸ਼ੂ ਹੁੰਦੇ ਨੇ ਉਸ ਵਕਤ ਅਤੇ ਆਲਰੇਡੀ ਇਸ ਤਰ੍ਹਾਂ ਦੇ ਫੇਜ਼ ਵਿੱਚ ਹੁੰਦੇ ਨੇ ਰਾਈਟ ਅਤੇ ਉਸਦੇ ਵਿੱਚ ਵੀ ਡਿਪਰੈਸ਼ਨ ਕਾਫੀ ਕਾਮਨ ਹੈ ਅਤੇ ਉਹਨੂੰ ਡਿਫਰੈਂਸ਼ੀਏਟ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਕਿ ਇਹ ਬੱਚਾ ਜਿਹੜਾ ਹੈ ਇਹ ਡਿਵੈਲਪਮੈਂਟਲ ਫੇਜ਼ ਦੀ ਵਜ੍ਹਾ ਤੋਂ ਇਸ ਤਰ੍ਹਾਂ ਬਿਹੇਵ ਕਰ ਰਿਹਾ ਹੈ ਕਿਉਂਕਿ ਮੋਸਟ ਬੇਸਿਕਲੀ ਜ਼ਿਆਦਾਤਰ ਜੋ ਨੇ ਬਿਹੇਵੀਅਰ ਪ੍ਰੋਬਲਮਸ ਹੁੰਦੇ ਨੇ ਉਸ ਏਜ ਵਿੱਚ ਜਿਸ ਤਰ੍ਹਾਂ ਸਕੂਲ ਨਹੀਂ ਜਾ ਰਿਹਾ ਬੱਚਾ ਗੁੱਸਾ ਬਹੁਤ ਕਰ ਰਿਹਾ ਹੈ ਬਸ ਬੱਚੇ ਨੇ ਡਰੱਗਸ ਵਗੈਰਾ ਯੂਜ਼ ਕਰਨਾ ਸ਼ੁਰੂ ਕਰ ਦਿੰਦੇ ਨੇ ਅਲਕੋਹਲ ਪੀਣੀ ਸ਼ੁਰੂ ਕਰ ਦਿੱਤੀ ਬਿਹੇਵੀਅਰ ਦੇ ਪ੍ਰੋਬਲਮਸ ਹੋ ਰਹੇ ਨੇ ਕ੍ਰਿਮੀਨਲ ਐਕਟੀਵਿਟੀਜ਼ ਵਿੱਚ ਇਨਵੋਲਵ ਹੋ ਗਿਆ ਅਤੇ ਇਸ ਸਟੇਜ ਵਿੱਚ ਜੋ ਨਾ ਬੜਾ ਮੁਸ਼ਕਿਲ ਹੋ ਜਾਂਦਾ ਡਿਫਰੈਂਸ਼ੀਏਟ ਕਰਨਾ ਅਤੇ ਲੇਕਿਨ ਅਗਰ ਬੱਚੇ ਨੂੰ ਇਸ ਤਰ੍ਹਾਂ ਦੇ ਬਿਹੇਵੀਅਰਲ ਸਪੈਸ਼ਲੀ ਪ੍ਰੋਬਲਮ ਹੋ ਰਹੇ ਨੇ ਅਗੇਨ ਮੈਂ ਸੁਜੈਸਟ ਕਰਾਂ ਕਿ ਪੇਰੈਂਟਸ ਨੂੰ ਕਿ ਆਪਣੇ ਬੱਚੇ ਨੂੰ ਜੋ ਹੈ ਨਾ ਕਿਸੇ ਡਾਕਟਰ ਨੂੰ ਲਿਜਾ ਕੇ ਦਿਖਾਓ ਇਹ ਨਾ ਸਮਝੋ ਕਿ ਐਵੇਂ ਜੀ ਬੱਚਾ ਕਰ ਰਿਹਾ ਇਹਨੇ ਬਸ ਠੀਕ ਹੋ ਜਾਏ ਇਗਨੋਰ ਨਾ ਕਰੋ ਤੁਹਾਡਾ ਇਹ ਸੁਜੈਸ਼ਨ ਹੈਗੀ ਕਿ ਇਮੀਡੀਏਟਲੀ ਉਹਨੂੰ ਫੈਮਿਲੀ ਫਿਜ਼ੀਸ਼ੀਅਨ ਕੋਲ ਲੈ ਕੇ ਜਾਓ ਮਤਲਬ ਅਗਰ ਇੱਕ ਡਰਾਸਟਿਕ ਚੇਂਜ ਆ ਰਹੀ ਹੈ ਬੱਚੇ ਦੇ ਬਿਹੇਵੀਅਰ ਵਿੱਚ ਬੱਚਾ ਪਹਿਲੇ was doing well in school did not have any problems and suddenly they started having problems and you had need to look into it ki ki gal hai bacche de suddenly behavior kyon badal gaya is tarah te ohnu dekhna zaruri hai theek hai isi tarah tusi aadmiyan vich agar dekho jadon depression hunda hai te aadmiyan vich mukhtalif tarike to present karda hai as compared to aurtan do ji ਆਦਮੀ ਯੂਜੁਅਲੀ ਨੇ ਉਹ ਜ਼ਿਆਦਾ ਇਰੀਟੇਬਲ ਹੋਣਗੇ ਗੁੱਸਾ ਜ਼ਿਆਦਾ ਕਰਨਗੇ ਬਹੁਤ ਸਾਰੇ ਆਦਮੀ ਅਲਕੋਹਲ ਪੀਣਾ ਸ਼ੁਰੂ ਕਰ ਦਿੰਦੇ ਨੇ ਡਿਪਰੈਸ਼ਨ ਨੂੰ ਡੀਲ ਕਰਨ ਦੇ ਨਾਲ ਜਾਂ ਫਿਰ ਇਸ ਤਰ੍ਹਾਂ ਹੋਏਗਾ ਕਿ ਵਰਕ ਦੇ ਉੱਤੇ ਬਹੁਤ ਜ਼ਿਆਦਾ ਫੋਕਸ ਹੋ ਜਾਣਗੇ ਇਸ ਤਰ੍ਹਾਂ ਦੇ ਹੁੰਦੇ ਨੇ ਔਰਤਾਂ ਮੋਸਟਲੀ ਪ੍ਰੈਜੈਂਟ ਕਰਦੀਆਂ ਨੇ ਕਿ ਗਿਲਟੀ ਫੀਲ ਕਰ ਰਹੀਆਂ ਨੇ ਵਰਥਲੈਸ ਫੀਲ ਕਰ ਰਹੀਆਂ ਨੇ ਮੈਂ ਇੱਕ ਹੋਰ ਇਹਦੇ ਵਿੱਚ ਵੀ ਮੈਂਸ਼ਨ ਕਰਨਾ ਚਾਹੁੰਦੀ ਹਾਂ ਕਿ ਜਿਹੜੇ ਸਾਊਥ ਏਸ਼ੀਅਨ ਲੋਕ ਨੇ ਨਾ ਉਹਨਾਂ ਦੇ ਐਕਚੁਅਲੀ ਡਿਪਰੈਸ਼ਨ ਪ੍ਰਜੈਂਟ ਕਰਨ ਦਾ ਤਰੀਕਾ ਬਿਲਕੁਲ ਹੀ ਮੁਖਤਲਿਫ ਹੈ ਮੈਂ ਆਪਣੀ ਪ੍ਰੈਕਟਿਸ ਵਿੱਚ ਜਦੋਂ ਦੇਖਦੀ ਹਾਂ ਕਿ ਮੇਰੇ ਕੋਲ ਜਿਹੜੇ ਵਾਈਟ ਪੇਸ਼ੈਂਟਸ ਆਉਂਦੇ ਨੇ ਉਹ ਆਉਣਗੇ ਤਾਂ ਕਹਿਣਗੇ ਜੀ ਮੈਨੂੰ ਡਿਪਰੈਸ਼ਨ ਹੋ ਗਿਆ ਜਾਂ ਮੈਨੂੰ ਐਂਗਜ਼ਾਇਟੀ ਹੋ ਗਈ ਜਾਂ ਮੈਨੂੰ ਇਹ ਪ੍ਰੋਬਲਮ ਹੋ ਗਿਆ ਸਾਡੇ ਲੋਕ ਕਦੀ ਇਹ ਨਹੀਂ ਕਹਿਣਗੇ ਐਕਸੈਪਟ ਨਹੀਂ ਕਰਨਾ ਚਾਹੁੰਦੇ ਨਾ ਹੀ ਸਾਨੂੰ ਪਤਾ ਹੈ ਨਹੀਂ ਉਹਨਾਂ ਦਾ ਇਹ ਹੋਏਗਾ ਕਿ ਜੀ ਸਾਰੀ ਦੁਨੀਆ ਦੇ ਇਲਾਜ ਕਰਾ ਕੇ ਕਿ ਮੁਖਤਲਿਫ ਡਾਕਟਰਾਂ ਨੂੰ ਦਿਖਾ ਕੇ ਸਭ ਕੁਝ ਕਰਕੇ ਜਦੋਂ ਕੁਛ ਨਹੀਂ ਹੋਇਆ ਮੇਰੇ ਕੋਲ ਤਾਂ ਇਸ ਤਰ੍ਹਾਂ ਦੇ ਵੀ ਮਰੀਜ਼ ਨੇ ਕਿ ਡਾਕਟਰ ਭੇਜੇਗਾ ਤਾਂ ਉਹ ਕਹੇਗਾ ਕਿ ਮੈਨੂੰ ਨਹੀਂ ਪਤਾ ਕਿ ਮੈਂ ਇੱਥੇ ਕਿਉਂ ਹੈ ਭੇਜਿਆ ਡਾਕਟਰ ਨੇ ਮੈਨੂੰ ਭੇਜ ਦਿੱਤਾ ਸਾਰੇ ਇਨਵੈਸਟੀਗੇਸ਼ਨਸ ਕਰਾ ਲਈਆਂ ਸਭ ਕੁਝ ਕਰਾ ਲਿਆ ਕੁਛ ਨਹੀਂ ਮਿਲਿਆ ਤਾਂ ਮੈਨੂੰ ਭੇਜ ਦਿੱਤਾ ਅਤੇ ਯੂਜੁਅਲੀ ਸਾਡੇ ਲੋਕ ਜਿਹੜੇ ਨੇ ਨਾ ਉਹ ਐਕਸਪ੍ਰੈਸ ਨਹੀਂ ਕਰ ਸਕਦੇ ਆਪਣੇ ਆਪ ਨੂੰ ਇਮੋਸ਼ਨਸ ਨੂੰ ਐਕਸਪ੍ਰੈਸ ਇਜ਼ ਇਟ ਡਿਨਾਇਲ ਔਰ ਵੀ ਆਰ ਨਾਟ ਏਬਲ ਟੂ ਐਕਸਪ੍ਰੈਸ ਆਰ ਇਮੋਸ਼ਨਸ ਆਈ ਥਿੰਕ ਸਾਡੇ ਇਨਕਰੇਜ ਨਹੀਂ ਕੀਤਾ ਜਾਂਦਾ ਸਾਡੇ ਕਲਚਰ ਵਿੱਚ ਰਾਈਟ ਸਾਡੇ ਕਲਚਰ ਵਿੱਚ ਇਹ ਕਿਹਾ ਜਾਂਦਾ ਕਿ ਵੀ ਸਟਰੋਂਗ ਹੋ ਜਾਓ ਮਜ਼ਬੂਤ ਹੋ ਜਾਓ ਵੀਕਨੈਸ ਹੈਗੀ ਹੈ ਇਸ ਤਰ੍ਹਾਂ ਦੀ ਗੱਲਾਂ ਨਹੀਂ ਕਰਨੀਆਂ ਕਿ ਡਿਪਰੈਸ਼ਨ ਕੀ ਹੁੰਦਾ ਕੁਛ ਨਹੀਂ ਹੁੰਦਾ ਹੈ ਕਿ ਡਰਾਮਾ ਕਰ ਰਹੇ ਹੋ ਰਾਈਟ ਅਤੇ ਉਸ ਐਕਸੈਪਟੈਂਸ ਨਹੀਂ ਉਸ ਤਰੀਕੇ ਨਾਲ ਅਤੇ ਸਾਡੇ ਲੋਕ ਜਿਹਨੇ ਉਹ ਯੂਜਲੀ ਕਹਿਣਗੇ ਜੀ ਮੇਰੇ ਪੇਟ ਵਿੱਚ ਦਰਦ ਹੋ ਰਹੀ ਹੈ ਮੇਰੇ ਸਰ ਵਿੱਚ ਦਰਦ ਹੋ ਰਿਹਾ ਹੈ ਮੈਨੂੰ ਜੋ ਹੈ ਕਿ ਕਹਿੰਦੇ ਨੇ ਮੇਰੇ ਸਾਰਾ ਜਿਸਮ ਦੁਖਦਾ ਹੈ ਇਹ ਬਹੁਤ ਹੀ ਕਾਮਨ ਹੈ ਕਿ ਮੇਰੇ ਸਾਰੇ ਜਿਸਮ ਵਿੱਚ ਦਰਦ ਹੋ ਰਹੀ ਹੈ ਮੇਰੇ ਪੇਟ ਵਿੱਚ ਗੋਲਾ ਪੈ ਗਿਆ ਮੇਰੇ ਸਿਰ ਵਿੱਚ ਗੈਸ ਹੋ ਰਹੀ ਹੈ ਇਸ ਤਰ੍ਹਾਂ ਦੇ ਅਨਯੂਜਲ ਕਾਇੰਡ ਆਫ ਸਿਮਟਮਸ ਜੋ ਹੈ ਨਾ ਉਹਦੇ ਨਾਲ ਆਉਣਗੇ ਕਿਉਂਕਿ ਉਹ ਇਹ ਨਹੀਂ ਕਹਿਣਾ ਚਾਹੁੰਦੇ ਕਿ ਮੈਂ ਡਿਪਰੈਸ਼ਨ ਹੈ ਅਗਰ ਉਹ ਇਹ ਕਹਿਣਾ ਮੇਰੇ ਸਿਰ ਵਿੱਚ ਦਰਦ ਹੈ
तो कोई सुन लेगा जो कहेंगे मेरा डिप्रेस्ड है तो फैमिली वाले ने कहना है कि तू ड्रामा कर रहे हैं छड़ तेनू राइट सो अजय भी अपने हाँ. समाज दे विच ए चीज एक्सेप्टेबल नहीं है कि वी स्टिल कंसीडर टू बी अ टैबू नोबडी वांट्स टू डिस्कस अबाउट दिस हां जी बिल्कुल कि साडे मेंटल इलनेस जो है दी एक्सेप्टेंस जो है ना बड़ी लो है दे ट्रीट करना भी बड़ा मुश्किल है क्योंकि लोग ट्रीटमेंट भी नहीं एक्सेप्ट करना चाहते ओके हम थोड़ी सी ट्रीटमेंट दी गलबात करिए कि आज एडवांसमेंट बड़ी हो गई ट्रीटमेंट्स दी की सिर्फ दवाइयां ही हुन इलाज हैगी इस दा ते की ए भी कहा जांदा है कि एक बारी किसी ने दवाई खा ली तां सारी जिंदगी वास्ते वो इस दे विच फस जाएगा उहदे बारे थोड़ा दस्सो हां जी देखो ट्रीटमेंट तो पहले जो ना इंपॉर्टेंट है कि पहले ये तुसी कंफर्म करो कि डिप्रेशन ही हैगा ओके राइट कि ये किसी और बीमारी दी वजह नाल नहीं हो रहा क्योंकि डिप्रेशन जो है वो दूसरी बीमारियों दी वजह नाल भी हो जाता है या कुछ ईवन मेडिकेशंस जो है ना वो भी कॉज कर देंदियां ने डिप्रेशन ਹੁਣ ਤੁਸੀਂ ਇਸ ਤਰ੍ਹਾਂ ਦੇਖੋ ਕਿ ਅਗਰ ਤੁਸੀਂ ਐਲਕੋਹਲ ਬਹੁਤ ਜ਼ਿਆਦਾ ਡਰਿੰਕ ਕਰ ਰਹੇ ਹੋ ਜਾਂ ਤੁਸੀਂ ਡਰੱਗਸ ਵਗੈਰਾ ਯੂਜ਼ ਕਰ ਰਹੇ ਹੋ ਉਹ ਡਿਪਰੈਸ਼ਨ ਕੋਜ਼ ਕਰ ਸਕਦਾ ਹੈ ਇਸੇ ਤਰ੍ਹਾਂ ਲੋਕਾਂ ਨੂੰ ਜਿਸ ਤਰ੍ਹਾਂ ਸਟ੍ਰੋਕ ਹੋ ਜਾਂਦਾ ਹੈ ਸਟ੍ਰੋਕ ਵਿੱਚ ਡਿਪਰੈਸ਼ਨ ਬੜਾ ਕਾਮਨ ਹੈ ਥਾਇਰਾਇਡ ਦੇ ਪ੍ਰੋਬਲਮਸ ਜਿਹੜਾ ਗਲੈਂਡ ਇੱਥੇ ਹੁੰਦਾ ਹੈ ਉਹਦੇ ਪ੍ਰੋਬਲਮਸ ਵਿੱਚ ਡਿਪਰੈਸ਼ਨ ਅਤੇ ਐਂਗਜ਼ਾਇਟੀ ਦੋਨੋਂ ਬੜੇ ਕਾਮਨ ਨੇ ਇਸੇ ਤਰ੍ਹਾਂ ਅਗਰ ਕਿਸੇ ਨੂੰ ਪਾਰਕਿੰਸਨਿਜ਼ਮ ਹੈਗਾ ਹੈ ਜਾਂ ਕੈਂਸਰ ਹੈ ਐਚ ਆਈ ਵੀ ਹੈ ਬਹੁਤ ਸਾਰੇ ਮੈਡੀਕਲ ਪ੍ਰੋਬਲਮਸ ਨੇ ਜਿਨ੍ਹਾਂ ਦੀ ਵਜ੍ਹਾ ਨਾਲ ਜੋ ਹੈ ਨਾ ਡਿਪਰੈਸ਼ਨ ਜੋ ਹੈ ਹੋ ਸਕਦਾ ਹੈ ਅਤੇ ਇੰਪੋਰਟੈਂਟ ਗੱਲ ਪਹਿਲੇ ਇਹ ਹੈ ਕਿ ਜਦੋਂ ਤੁਹਾਨੂੰ ਇਹ ਫੀਲਿੰਗ ਹੋਏ ਕਿ ਮੈਨੂੰ ਡਿਪਰੈਸ਼ਨ ਹੋ ਰਿਹਾ ਹੈ ਤਾਂ ਆਪਣੇ ਫੈਮਿਲੀ ਫਿਜ਼ੀਸ਼ੀਅਨ ਕੋਲ ਜਾਓ ਜੀ ਜਾ ਕੇ ਸਭ ਤੋਂ ਪਹਿਲੇ ਉਹ ਸਾਡੇ ਬਲੱਡ ਟੈਸਟ ਕਰੇ ਔਰ ਤੁਹਾਡਾ ਜਨਰਲ ਫਿਜ਼ੀਕਲ ਐਗਜ਼ਾਮੀਨੇਸ਼ਨ ਕਰੇ ਅਤੇ ਮੇਕ ਸ਼ੋਰ ਕਰੇ ਕਿ ਕੋਈ ਹੋਰ ਕੋਜ਼ ਨਹੀਂ ਹੈਗਾ ਡਿਪਰੈਸ਼ਨ ਦਾ ਮੇਰੇ ਕੋਲ ਇੱਕ ਮਰੀਜ਼ ਆਈ ਉਹਨੂੰ ਜੋ ਹੈ ਨਾ ਕਿ ਕਹਿੰਦੇ ਨੇ ਥਾਇਰਾਇਡ ਉਹਦਾ ਕੰਮ ਨਹੀਂ ਕਰ ਰਿਹਾ ਸੀ ਉਹ ਡਿਪਰੈਸ਼ਨ ਅਤੇ ਐਂਗਜ਼ਾਇਟੀ ਦੇ ਨਾਲ ਆਈ ਮੈਂ ਦਵਾਈਆਂ ਦੇ ਦੇ ਕੇ ਥੱਕੀ ਉਹ ਠੀਕ ਹੀ ਨਹੀਂ ਹੋ ਰਹੀ ਠੀਕ ਹੀ ਨਹੀਂ ਹੋ ਰਹੀ ਠੀਕ ਹੀ ਨਹੀਂ ਹੋ ਰਹੀ ਅਤੇ ਅਸੀਂ ਐਜ਼ਿਊਮ ਕਰਦੇ ਹਾਂ ਐਜ਼ ਅ ਸਾਈਕਾਇਟ੍ਰਿਸਟ ਐਜ਼ ਅ ਸਪੈਸ਼ਲਿਸਟ ਕਿ ਵੀ ਜਨਰਲ ਜਿਹੜਾ ਜਨਰਲ ਪ੍ਰੈਕਟੀਸ਼ਨਰ ਹੈ ਉਹਨੇ ਸਾਰੇ ਇਨਵੈਸਟੀਗੇਸ਼ਨ ਕਰਾ ਲੈਣੇ ਅਤੇ ਬਾਕੀ ਸਭ ਕੁਝ ਠੀਕ ਹੋਣਾ ਚਾਹੀਦਾ ਉਹ 8-9 ਮਹੀਨੇ ਦੇ ਬਾਅਦ ਮੈਂ ਜਦੋਂ ਉਹਦੀ ਥਾਇਰਾਇਡ ਦੇ ਟੈਸਟ ਕਰਾਏ ਕਿ ਕਿਉਂ ਨਹੀਂ ਠੀਕ ਹੋ ਰਹੀ ਅਤੇ ਉਹਦਾ ਥਾਇਰਾਇਡ ਕੰਮ ਨਹੀਂ ਕਰ ਰਿਹਾ ਸੀ ਜਿਸ ਤਰ੍ਹਾਂ ਹੀ ਉਹਨੂੰ ਥਾਇਰਾਇਡ ਦੀ ਦਵਾਈ ਦਿੱਤੀ ਉਹ ਠੀਕ ਹੋ ਗਈ ਅਤੇ ਇਸ ਵਾਸਤੇ ਬਹੁਤ ਇੰਪੋਰਟੈਂਟ ਹੈ ਕਿ ਪਹਿਲੇ ਮੈਡੀਕਲ ਚੈੱਕਅਪ ਕਰਾਇਆ ਜਾਏ ਤਾਂ ਸਾਰਾ ਕੁਝ ਜੋ ਹੈ ਨਾ ਉਹ ਕਰਵਾਇਆ ਜਾਏ ਉਹਦੇ ਬਾਅਦ ਅਗਰ ਤੁਸੀਂ ਟ੍ਰੀਟਮੈਂਟ ਵਿੱਚ ਦੇਖੋ ਤਾਂ ਬਹੁਤ ਸਾਰੇ ਟ੍ਰੀਟਮੈਂਟਸ ਹੁਣ ਤਾਂ ਅਵੇਲੇਬਲ ਨੇ ਡਿਪਰੈਸ਼ਨ ਵਾਸਤੇ ਬਹੁਤ ਸਾਰੀ ਮੈਡੀਕੇਸ਼ਨਸ ਨੇ ਇਸ ਵਕਤ ਡਿਫਰੈਂਟ ਗਰੁੱਪਸ ਆਫ ਮੈਡੀਕੇਸ਼ਨਸ ਹੈ ਜਿਹੜੀ ਅਵੇਲੇਬਲ ਨੇ ਜ਼ਿਆਦਾਤਰ ਐਂਟੀ ਡਿਪਰੈਸੈਂਸ ਜੋ ਹੈ ਜ਼ਿਆਦਾਤਰ ਕਿ ਕੋਈ ਵੀ ਐਂਟੀ ਡਿਪਰੈਸੈਂਸ ਜੋ ਹੈ ਐਡਿਕਟਿੰਗ ਨਹੀਂ ਹੈਗੀ ਅਤੇ ਇਹਦੇ ਨਾਲ ਐਡਿਕਸ਼ਨ ਵਗੈਰਾ ਬਿਲਕੁਲ ਨਹੀਂ ਹੁੰਦੀ ਸਾਡੇ ਕੋਲ ਡਿਪਰੈਸ਼ਨ ਦੀ ਕੋਈ ਕਿਓਰ ਨਹੀਂ ਹੈਗੀ ਕਿਓਰ ਦਾ ਮਤਲਬ ਇਹ ਹੈ ਕਿ ਅਗਰ ਤੁਸੀਂ ਕੋਈ ਦਵਾਈ ਦਿਉ ਤਾਂ ਫੋਰਐਵਰ ਠੀਕ ਹੋ ਜਾਏ ਜਿਸ ਤਰ੍ਹਾਂ ਤੁਹਾਨੂੰ ਅਪੈਂਡਿਸਾਈਟਿਸ ਹੋਏ ਅਪੈਂਡਿਕਸ ਕੱਢ ਦਿਉ ਠੀਕ ਹੈ ਠੀਕ ਹੋ ਗਏ ਦੁਬਾਰਾ ਅਪੈਂਡਿਕਸ ਨੇ ਵਾਪਸ ਨਹੀਂ ਆਉਣਾ ਕੱਟ ਦੀ ਬਾਹਰ ਕੱਢ ਦਿੱਤੀ ਇਸ ਤਰ੍ਹਾਂ ਦੀ ਸਟੋਰੀ ਡਿਪਰੈਸ਼ਨ ਵਿੱਚ ਨਹੀਂ ਹੈਗੀ ਡਿਪਰੈਸ਼ਨ ਵਿੱਚ ਜਦੋਂ ਤੁਸੀਂ ਦਵਾਈਆਂ ਯੂਜ਼ ਕਰੋਗੇ ਤਾਂ ਸਿੰਪਟਮਸ ਕੰਟਰੋਲ ਹੋ ਜਾਣਗੇ ਜਦੋਂ ਤੁਸੀਂ ਦਵਾਈਆਂ ਬੰਦ ਕਰ ਦੋਗੇ ਦੁਬਾਰਾ ਡਿਪਰੈਸ਼ਨ ਵਾਪਸ ਆ ਜਾਏਗਾ ਲੇਕਿਨ ਐਡਿਕਸ਼ਨ ਨਹੀਂ ਹੈਗੀ ਇਸੀ ਵਜ੍ਹਾ ਨਾਲ ਇਹ ਇੰਪੋਰਟੈਂਟ ਹੈ ਕਿ ਜਦੋਂ ਤੁਸੀਂ ਐਂਟੀ ਡਿਪਰੈਸੈਂਟਸ ਪ੍ਰਸਕ੍ਰਾਈਬ ਕਰੋ ਤਾਂ ਐਵਰੀ ਡੇ ਲੈਣੀਆਂ ਨੇ ਓਕੇ ਅਤੇ ਲੌਂਗ ਪੀਰੀਅਡ ਵਾਸਤੇ ਲੈਣੀਆਂ ਪੈਂਦੀਆਂ ਹੁੰਦੀਆਂ ਨੇ ਮਿਨੀਮਮ ਜੋ ਹੈ 1 ਈਅਰ ਹੈ ਜਦੋਂ ਤੁਹਾਨੂੰ ਪਹਿਲੀ ਐਪੀਸੋਡ ਹੋਏ ਜੋ ਤੁਸੀਂ ਲੈਣੀ ਹੁੰਦੀ ਹੈ ਅਤੇ ਇਹ ਜ਼ਰੂਰੀ ਹੁੰਦਾ ਇਹਦੇ ਵਾਸਤੇ ਅਗਰ ਤੁਸੀਂ ਪ੍ਰੀ ਮੈਚੋਰਲੀ ਬੰਦ ਕਰ ਦੋਗੇ ਤਾਂ ਡਿਪਰੈਸ਼ਨ ਜੋ ਹੈ ਵਾਪਸ ਆ ਜਾਏਗਾ ਸੋ ਇੱਕ ਤਾਂ ਮੈਡੀਕੇਸ਼ਨਸ ਨੇ ਇਹਦੀ ਟ੍ਰੀਟਮੈਂਟ ਇਸਦੇ ਇਲਾਵਾ ਜੋ ਹੈ ਹੋਰ ਸਾਈਕੋਥੈਰੇਪੀ ਅਵੇਲੇਬਲ ਹੈਗੀ ਕੋਗਨੀਟਿਵ ਬਿਹੇਵੀਅਰ ਥੈਰੇਪੀ ਜੋ ਹੈ ਉਹ ਬਹੁਤ ਹੀ ਇਫੈਕਟਿਵ ਟ੍ਰੀਟਮੈਂਟ ਹੈ ਐਕਚੁਅਲੀ ਡਿਪਰੈਸ਼ਨ ਵਾਸਤੇ ਅਤੇ ਅਗਰ ਤੁਸੀਂ ਕੰਬਾਈਨ ਕਰ ਦਿਓ ਮੈਡੀਕੇਸ਼ਨਸ ਅਤੇ ਸਾਈਕੋਥੈਰੇਪੀ ਨੂੰ ਜਾਂ ਟਾਕ ਥੈਰੇਪੀ ਨੂੰ ਤਾਂ ਵੈਰੀ ਹੈਲਪਫੁਲ ਅੱਛਾ ਹੁਣ ਬਹੁਤ ਦਫਾ ਇਹ ਹੁੰਦਾ ਕਿ ਜਦੋਂ ਡਿਪਰੈਸ਼ਨ ਹੁੰਦਾ ਨਾ ਤਾਂ ਲੋਕ ਕਹਿੰਦੇ ਨੇ ਕਿ ਬਈ ਬਸ ਮੇਰਾ ਤਾਂ ਹੁਣ ਕੁਛ ਕਰਨ ਨੂੰ ਦਿਲ ਹੀ ਨਹੀਂ ਜਾ ਰਿਹਾ ਮੈਂ ਤਾਂ ਬਿਸਤਰ ਤੋਂ ਹੀ ਨਹੀਂ ਨਿਕਲਣਾ ਮੈਂ ਤਾਂ ਬਾਹਰ ਨਹੀਂ ਨਿਕਲਣਾ ਬਹੁਤ ਹੀ ਕਾਊਂਟਰ ਪ੍ਰੋਟੈਕਟਿਵ ਹੈ ਉਹਦੇ ਨਾਲ ਹੋਰ ਡਿਪਰੈਸ਼ਨ ਹੋਏਗਾ ਤੁਹਾਨੂੰ ਅਤੇ ਜ਼ਰੂਰੀ ਹੈ ਕਿ ਰੂਟੀਨ ਹੋਏ ਤੁਹਾਡੀ ਡੇ ਵਿੱਚ ਤੁਸੀਂ ਉੱਠੋ ਤੁਸੀਂ ਆਪਣੇ ਕੱਪੜੇ ਬਦਲੋ ਸ਼ਾਵਰ ਲਓ ਕੁਝ ਆਪਣੇ ਵਾਸਤੇ ਗੋਲਸ ਜੋ ਹੈ ਨਾ ਉਹ ਕਰੋ ਸੈਟ ਅਪ ਕਰੋ ਰਾਈਟ ਐਕਸਰਸਾਈਜ਼ ਵੈਰੀ ਇਫੈਕਟਿਵ ਓਕੇ ਐਕਸਰਸਾਈਜ਼ ਦੇ ਵਿੱਚ ਤੇ ਬੜੀ ਸਟੱਡੀਜ਼ ਵੀ ਹੋਈਆਂ ਨੇ 3-4 ਟਾਈਮਸ ਅ ਵੀਕ ਐਕਸਰਸਾਈਜ਼ਿੰਗ ਇਜ਼ ਵੈਰੀ ਹੈਲਪਫੁਲ ਇਨ ਡਿਪਰੈਸ਼ਨ ਠੀਕ ਹੈ ਈਟਿੰਗ ਹੈਲਥੀ ਇਜ਼ ਵੈਰੀ ਇੰਪੋਰਟੈਂਟ ਇਨ ਡਿਪਰੈਸ਼ਨ ਤੇ ਸਭ ਚੀਜ਼ਾਂ ਜੋ ਨਾ ਇਹ ਹੈਲਪਫੁਲ ਨੇ ਬਹੁਤ ਖੂਬ ਜੀ ਸੋ ਬੇਸਿਕਲੀ ਆਪਣੇ ਫੈਮਿਲੀ ਫਿਜ਼ੀਸ਼ੀਅਨ ਕੋਲ ਜਾ ਕੇ ਪਹਿਲਾਂ ਤੁਸੀਂ ਡਿਸਕਸ ਕਰੋ ਇਹਨਾਂ ਫਰਦਰ ਤੁਹਾਨੂੰ ਅੱਗੇ ਰਿਕਮੈਂਡ ਕਰਨਗੇ ਸਪੈਸ਼ਲਿਸਟ ਕੋਲ ਅਤੇ ਉਸ ਤੋਂ ਬਾਅਦ ਅੱਜ ਕੱਲ੍ਹ ਇਲਾਜ ਅਵੇਲੇਬਲ ਹੈ ਜਿਸ ਤਰ੍ਹਾਂ ਤੁਸੀਂ ਦੱਸਿਆ ਉਸਦਾ ਬੈਨੀਫਿਟ ਲਿਆ ਜਾ ਸਕਦਾ ਹਾਂਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਇਹ ਜੋ ਤੁਸੀਂ ਮੂਡ ਡਿਸਆਰਡਰ ਐਸੋਸੀਏਸ਼ਨ ਆਫ ਬ੍ਰਿਟਿਸ਼ ਕੋਲੰਬੀਆ ਨਾਲ ਰਲ ਕੇ ਲੋਕਾਂ ਵਿੱਚ ਅਵੇਅਰਨੈਸ ਕ੍ਰੀਏਟ ਕਰ ਰਹੇ ਹੋ ਧੰਨਵਾਦ ਅਤੇ ਆਸ ਕਰਦੇ ਹਾਂ ਕਿ ਜਿਹੜਾ ਸਕਰੀਨ 'ਤੇ ਨੰਬਰ ਦਿੱਤਾ ਗਿਆ ਉੱਥੇ ਜੇਕਰ ਕੋਈ ਪਰਸਨਲੀ ਲੋਕਾਂ ਨੇ ਕੋਈ ਗੱਲਬਾਤ ਕਰਨੀ ਹੋਵੇ ਤਾਂ ਉੱਥੇ ਫੋਨ ਕਰਕੇ ਜਾਣਕਾਰੀ ਲੈ ਲਈ ਥੈਂਕ ਯੂ